2009 ਦੇ ਵਿੱਚ ਇਸ ਸਿਸਟਰ ਦੀ ਮੈਰਿਜ ਹੋਈ ਔਰ 2010 ਦੇ ਵਿੱਚ ਇਹਨਾਂ ਦੀ ਇਹ ਬੇਟੀ ਹੋਈ। ਇਹਨਾਂ ਦੀ ਬੇਟੀ 13 ਸਾਲ ਦੀ ਆ। ਕੋਈ ਬੇਬੀ ਨਹੀਂ ਹੋਇਆ 13 ਸਾਲ ਤੱਕ। ਹਾਂਜੀ ਪਾਸੇ ਜੀ, ਦੋ ਤਿੰਨ ਡਾਕਟਰ ਇਹਨਾਂ ਨੇ ਚੇਂਜ ਕੀਤੇ ਪਾਸੇ ਜੀ। 2016 ਤੋਂ ਲੈ ਕੇ 2021 ਦੇ ਵਿੱਚ ਇੱਕ ਵਾਰ ਵੀ ਇਹਨਾਂ ਦਾ ਟੈਸਟ ਜਿਹੜਾ ਉਹ ਪੋਜ਼ਿਟਿਵ ਨਹੀਂ ਆਇਆ ਪਾਸੇ ਜੀ। 8 ਸਤੰਬਰ 2021 ਨੂੰ ਪਾਸੇ ਜੀ, ਜਦੋਂ ਬਰਥਡੇ ਸੈਲੀਬ੍ਰੇਸ਼ਨ ਦੀ ਮੀਟਿੰਗ ਸੀਗੀ, ਇਹਨਾਂ ਦੇ ਗੁਆਂਢੀ ਜਿਹੜੇ ਸੀਗੇ ਉਹ ਸਵੀਟ ਲੈ ਕੇ ਗਏ। ਤੁਸੀਂ ਇੱਥੋਂ ਸਵੀਟ ਦਿੱਤੀ ਸੀ ਪ੍ਰੇਅਰ ਕਰਕੇ ਪਾਸੇ ਜੀ, ਸਵੀਟ ਜਿਹੜੀ ਸੀ ਇਹਨਾਂ ਨੂੰ ਖਿਲਾਈ। 19 ਸਤੰਬਰ 2021 ਨੂੰ 10 ਦਿਨ ਬਾਅਦ ਇਹਨਾਂ ਨੇ ਟੈਸਟ ਕੀਤਾ, ਜੋ ਕਦੇ ਟੈਸਟ ਇਹਨਾਂ ਦਾ ਪੋਜ਼ਿਟਿਵ ਨਹੀਂ ਆਇਆ ਸੀ ਇੰਨੇ ਸਾਲਾਂ ਤੋਂ, ਔਰ ਉਹ ਟੈਸਟ ਫਸਟ ਟਾਈਮ ਪੋਜ਼ਿਟਿਵ ਆਇਆ। ਹਾਲੇਲੂਇਆ ਪਾਸਟਰ ਜੀ, ਇਸ ਸਿਸਟਰ ਦਾ ਨਾਮ ਨੀਤੂ ਆ, ਅਜੇ ਫਸਟ ਟਾਈਮ ਖੁਦਾ ਦੀ ਹਜ਼ੂਰੀ ਦੇ ਵਿੱਚ ਆਏ ਆ। 2009 ਦੇ ਵਿੱਚ ਇਸ ਸਿਸਟਰ ਦੀ ਮੈਰਿਜ ਹੋਈ ਔਰ 2010 ਦੇ ਵਿੱਚ ਇਹਨਾਂ ਦੀ ਇਹ ਬੇਟੀ ਹੋਈ ਜੋ ਇਹਨਾਂ ਦੇ ਨਾਲ ਖੜੀ ਆ ਪਾਸਟਰ ਜੀ, ਔਰ ਉਸ ਤੋਂ ਬਾਅਦ ਇਹਨਾਂ ਦੇ ਕੋਈ ਵੀ ਬੇਬੀ ਨਹੀਂ ਹੋਇਆ ਪਾਸਟਰ ਜੀ। ਇਹਨਾਂ ਦੀ ਬੇਟੀ 13 ਸਾਲ ਦੀ ਆ ਔਰ 2010 ਤੋਂ ਬਾਅਦ ਇਹ ਦੱਸ ਰਹੇ ਆ ਕਿ ਇਹਨਾਂ ਦੇ ਕੋਈ ਵੀ ਬੇਬੀ ਕਨਸੀਵ ਨਹੀਂ ਹੋਇਆ ਪਾਸੇ ਜੀ। 13 ਸਾਲ ਕੀ ਇਸਕੀ ਬੇਟੀ ਹੈ, ਇਸਕੇ ਬਾਅਦ ਕੋਈ ਬੇਬੀ ਨਹੀਂ ਹੋਇਆ 13 ਸਾਲ ਤੱਕ। ਹਾਂਜੀ ਪਾਸੇ ਜੀ, ਇਹਨਾਂ ਦੇ ਮਨ ਦੀ ਇੱਛਾ ਸੀਗੀ ਕਿਉਂਕਿ ਬੇਬੀ ਬੁਆਏ ਚਾਹੁੰਦੇ ਸੀਗੇ, ਬਟ ਕੁਛ ਵੀ ਨਹੀਂ ਹੋਇਆ। ਔਰ 2012 ਦੇ ਵਿੱਚ ਪਾਸੇ ਜੀ ਇਹ ਦੱਸ ਰਹੇ ਉਹ ਦੁਬਾਰਾ ਪ੍ਰੈਗਨੈਂਟ ਹੋਏ ਔਰ 2 ਮਹੀਨੇ ਬਾਅਦ ਇਹਨਾਂ ਦਾ ਮਿਸਕੈਰੇਜ ਹੋ ਗਿਆ ਪਾਸੇ ਜੀ। ਫਿਰ ਉਸ ਤੋਂ ਬਾਅਦ ਕੋਈ ਬੇਬੀ ਨਹੀਂ ਇਹਨਾਂ ਨੇ ਕਨਸੀਵ ਕੀਤਾ ਔਰ 2016 'ਚ ਇਸੇ ਤਰ੍ਹਾਂ ਫਿਰ ਡਾਕਟਰ ਦੇ ਕੋਲ ਗਏ ਪਾਸੇ ਜੀ ਕਿ ਸਾਨੂੰ ਬੇਬੀ ਕਿਉਂ ਨਹੀਂ ਹੋ ਰਿਹਾ। ਟੈਸਟ ਕੀਤੇ, ਸਕੈਨ ਕੀਤੀਆਂ ਔਰ ਡਾਕਟਰ ਨੇ ਦੱਸਿਆ ਕਿ ਤੁਹਾਡੇ ਅੰਦਰ ਪਾਣੀ ਵਾਲੀ ਰਸੌਲੀਆਂ ਆ ਪਾਸੇ ਜੀ। ਡਾਕਟਰ ਨੇ ਕਿਹਾ ਤੁਸੀਂ ਮੈਡੀਸਨ ਖਾਓ, ਉਸ ਤੋਂ ਬਾਅਦ ਫਿਰ ਤੁਸੀਂ ਟਰਾਈ ਕਰਿਓ। ਔਰ ਇਹ ਦੱਸ ਰਹੇ ਆ ਇਹਨਾਂ ਨੇ 3 ਮਹੀਨੇ ਲਗਾਤਾਰ ਉਸ ਪਾਣੀ ਵਾਲੀ ਰਸੌਲੀਆਂ ਦੀ ਮੈਡੀਸਨ ਖਾਧੀ ਕਿ ਮੈਡੀਸਨ ਖਾਣ ਦੇ ਨਾਲ ਇਹਨਾਂ ਨੂੰ ਲੱਗਿਆ ਕਿ ਮੇਰੀਆਂ ਰਸੌਲੀਆਂ ਜਿਹੜੀਆਂ ਨਿਕਲ ਚੁੱਕੀਆਂ। ਦੁਬਾਰਾ ਡਾਕਟਰ ਦੇ ਕੋਲ ਗਏ ਬਟ ਕੋਈ ਵੀ ਇਹਨਾਂ ਦੇ ਬੱਚਾ ਫਿਰ ਵੀ ਨਹੀਂ ਠਹਿਰਿਆ। ਦੋ ਤਿੰਨ ਡਾਕਟਰ ਇਹਨਾਂ ਨੇ ਚੇਂਜ ਕੀਤੇ ਪਾਸੇ ਜੀ। 2016 ਤੋਂ ਲੈ ਕੇ 2021 ਦੇ ਵਿੱਚ ਇੱਕ ਵਾਰ ਵੀ ਇਹਨਾਂ ਦਾ ਟੈਸਟ ਜਿਹੜਾ ਉਹ ਪੋਜ਼ਿਟਿਵ ਨਹੀਂ ਆਇਆ ਪਾਸੇ ਜੀ। ਔਰ ਇਹ ਦੱਸ ਰਹੇ ਆ ਕਿ ਇਹਨਾਂ ਦੇ ਗੁਆਂਢੀ ਜਿਹੜੇ ਸੀ ਪਾਸੇ ਜੀ ਉਹ ਪ੍ਰਭੂ ਦੇ ਵਿੱਚ ਸੀਗੇ। ਇਹਨਾਂ ਨੇ ਇਹਨਾਂ ਨੂੰ ਵਚਨ ਦੱਸਿਆ ਔਰ ਉਸ ਤੋਂ ਬਾਅਦ ਇਹ ਦੱਸ ਰਹੇ ਆ 8 ਸਤੰਬਰ 2021 ਨੂੰ ਪਾਸੇ ਜੀ, ਜਦੋਂ ਬਰਥਡੇ ਸੈਲੀਬ੍ਰੇਸ਼ਨ ਦੀ ਮੀਟਿੰਗ ਸੀਗੀ, ਇਹਨਾਂ ਦੇ ਗੁਆਂਢੀ ਜਿਹੜੇ ਸੀਗੇ ਉਹ ਸਵੀਟ ਲੈ ਕੇ ਗਏ। ਤੁਸੀਂ ਇੱਥੋਂ ਸਵੀਟ ਦਿੱਤੀ ਸੀ ਪ੍ਰੇਅਰ ਕਰਕੇ ਪਾਸੇ ਜੀ। ਇਸ ਸਵੀਟ ਕੋ ਜਬ ਆਪ ਲੈ ਰਹੇ ਹੋ ਤੋ ਆਪ ਬਲੇਸਿੰਗ ਕੋ ਲੈ ਰਹੇ ਹੋ, ਆਸ਼ੀਸ਼ ਕੋ ਲੈ ਰਹੇ ਹੋ, ਬਲੇਸਿੰਗ ਕੋ ਲੈ ਰਹੇ ਹੋ। ਇਸ ਸਵੀਟ ਕੋ ਜਬ ਆਪ ਲੈ ਰਹੇ ਹੋ ਤੋ ਆਪ ਬਲੇਸਿੰਗ ਕੋ ਲੈ ਰਹੇ ਹੋ, ਆਸ਼ੀਸ਼ ਕੋ ਲੈ ਰਹੇ ਹੋ, ਬਲੇਸਿੰਗ ਕੋ ਲੈ ਰਹੇ ਹੋ। ਇਹਨਾਂ ਨੇ ਉਹ ਸਵੀਟ ਜਿਹੜੀ ਸੀ ਇਹਨਾਂ ਨੂੰ ਖਿਲਾਈ, ਇਹਨਾਂ ਨੇ ਵਿਸ਼ਵਾਸ ਦੇ ਨਾਲ ਉਸ ਸਵੀਟ ਨੂੰ ਲਿਆ। ਇਹ ਦੱਸ ਰਿਹਾ ਕਿ ਮੇਰਾ ਇਹ ਫੇਸ ਸੀਗਾ ਕਿ ਮੈਂ ਟੈਸਟਮਨੀਆਂ ਨੂੰ ਸੁਣਦੀ ਸੀ ਕਿ ਪ੍ਰਭੂ ਅਗਰ ਇਹਨਾਂ ਨੂੰ ਬਲੈਸ ਕਰ ਸਕਦਾ ਆ। ਇਹਨਾਂ ਨੇ ਉਸ ਫੇਸ ਦੇ ਨਾਲ ਉਸ ਸਵੀਟ ਨੂੰ ਲਿਆ 8 ਸਤੰਬਰ ਨੂੰ ਔਰ 19 ਸਤੰਬਰ 2021 ਨੂੰ 10 ਦਿਨ ਬਾਅਦ ਇਹਨਾਂ ਨੇ ਟੈਸਟ ਕੀਤਾ, ਜੋ ਕਦੇ ਟੈਸਟ ਇਹਨਾਂ ਦਾ ਪੋਜ਼ਿਟਿਵ ਨਹੀਂ ਆਇਆ ਸੀ ਇੰਨੇ ਸਾਲਾਂ ਤੋਂ, ਔਰ ਉਹ ਟੈਸਟ ਫਸਟ ਟਾਈਮ ਪੋਜ਼ਿਟਿਵ ਆਇਆ 26 ਅਪ੍ਰੈਲ 2022 ਨੂੰ। ਇਹ ਬੇਬੀ ਬੁਆਏ ਦੇ ਨਾਲ ਖੁਦਾ ਨੇ ਇਹਨਾਂ ਨੂੰ ਬਲੈਸ ਕੀਤਾ। ਅੱਜ ਢੋਲ ਦੇ ਨਾਲ ਇਹ ਟੈਸਟਮਨੀ ਦੇਣ ਦੇ ਲਾਇਕ। ਤਾਰੀਫ ਜਿੰਨੀ ਜ਼ੋਰ ਸੇ ਕਰ ਸਕਦੇ ਹੋ, ਗਾ ਕੇ, ਨਾਚ ਕੇ, ਝੂਮ ਕੇ, ਖੜੇ ਹੋ ਕੇ।